अज कोई लाइव भरावो आपां कोई प्रमोशन करन लई जां कोई गल्लां करन लई नहीं होए, अपने सारे भरावां नूं पता भी की होया ते किड्डा क माड़ा हो गया ते किन्ना क घाटा पै गया। सानूं पता, साडे दिल नूं पता भी किन्ना घाटा पै गया। सिक्योरिटी वापस लैनी होंदी तां चुप करके लै लो, अखबारां च फेसबुकां च खबरां च ना दसो यार भी मैं फलाने बंदे दी सिक्योरिटी वापस लै ली। ये कोई कतल तो घट नहीं है जो लोगों को दसना भी मैं फलाने बंदे दी सिक्योरिटी वापस लै ली। ओ दरवाजा डाया पिया अंदर पिया, पंज कर्म दे बैठे हैं, साथों पुछो भी की दुख होंदे है। कुछ लोग पार्टी च रलन तो पहले नूं गदार कहिंदे सी, उन्हां दे मूंह ते भी मेरा तमाशा गा। मैं दसदा भी उह क्यों पार्टी च रलिया सी, ਉਹ ਰਲਿਆ ਸੀ ਵੀ ਮੇਰੀ ਜਾਨ ਬਚ ਰਵੇ, ਕਿਸੇ ਲੁੱਟ ਮੇਰੀ ਜਾਨ ਬਚ ਰਵੇ। ਉਹਨੂੰ ਕੋਈ ਪਰਚਿਆਂ ਦਾ ਡਰ ਨਹੀਂ ਸੀ, ਉਹਨੂੰ ਕਾਸੇ ਡਰ ਨਹੀਂ ਸੀ, ਉਹਨੂੰ ਸਿਰਫ ਇਹ ਸੀ ਜੇ ਮੈਂ ਪਾਰਟੀ 'ਚ ਰਹੂੰਗਾ ਕਿਸੇ ਵੀ ਪਾਰਟੀ 'ਚ ਰਲੂੰਗਾ ਤਾਂ ਮੇਰੀ ਜ਼ਿੰਦਗੀ ਬਚ ਰਹੂਗੀ। ਵੀ ਮੇਰੀ ਜ਼ਿੰਦਗੀ ਬਚ ਰਹੂ ਸ਼ਾਇਦ, ਅਤੇ ਲੋਕਾਂ ਨੇ ਉਹਨੂੰ ਗਰਦਾਰ ਸ਼ਾਬਤ ਕਰਤਾ ਕੌਮ ਦਾ। ਅਤੇ ਕੱਲ੍ਹ ਬਾਈ ਨੇ ਸਿਮਰਜੀਤ ਮਾਨ ਨਾਲ ਗੱਲ ਕਰੀ, ਜਥੇਦਾਰ ਸਿਮਰਜੀਤ ਮਾਨ ਜੀ ਨੇ ਗੱਲ ਕਰੀ, ਉਹਨਾਂ ਨੂੰ ਚੋਣਾਂ ਦੇ ਵਿੱਚ ਮਦਦ ਕਰਨ ਦਾ ਪੂਰਾ ਵਾਅਦਾ ਕੀਤਾ ਸੀ ਵੀ ਤੁਹਾਡੇ ਨਾਲ ਖੜੂੰਗਾ, ਮੈਂ ਤੁਹਾਡਾ ਚੋਣ ਪ੍ਰਚਾਰ ਕਰੂੰਗਾ। ਹੁਣ ਦੱਸੋ ਬਾਈ ਕੌਣ ਗਦਾਰ ਸੀ? ਦੀਪ ਸਿੱਧੂ ਮਰਵਾਇਆ, ਨਾਲ ਖੜੂੰਗਾ ਮੈਂ ਤੁਹਾਡਾ ਚੋਣ ਪ੍ਰਚਾਰ ਕਰੂੰਗਾ। ਹੁਣ ਦੱਸੋ ਬਾਈ ਕੌਣ ਗਦਾਰ ਸੀ? ਦੀਪ ਸਿੱਧੂ ਮਰਵਾਇਆ ਅਤੇ ਅੱਜ ਇਹ ਮਰਵਾਤਾ। ਸਾਡੇ ਕੋਲ ਸ਼ਬਦ ਨਹੀਂ ਭਰਾ ਵੀ ਅਸੀਂ ਕੁਛ ਕਹਿ ਸਕੀਏ, ਕਿਉਂਕਿ ਜਿਹਦਾ ਭਾਈ ਮਰਦਾ, ਜਿਹਦਾ ਪੁੱਤ ਮਰਦਾ, ਜਿਹਦਾ ਘਰ ਖਾਲੀ ਹੁੰਦਾ, ਉਹਨੂੰ ਪਤਾ ਹੁੰਦਾ ਵੀ ਕੀ ਗੱਲਬਾਤ ਹੁੰਦੀ ਹੈ, ਵੀ ਕੀ ਗੱਲਬਾਤ ਹੁੰਦੀ। ਲਾਡੀ ਕੋਈ ਬੋਲਣਾ ਚਾਹੁੰਦਾ ਵੀ ਕਿਹਦਾ ਘਰ ਖਾਲੀ ਹੋ ਗਿਆ, ਕਿਹਦਾ ਕੀ ਖਾਲੀ ਹੋ ਗਿਆ? ਸਾਥੋਂ ਪੁੱਛੋ ਯਾਰ ਵੀ ਸਾਡਾ ਭਾਈ ਖਾਲੀ, ਸਾਡਾ ਭਾਈ ਗਿਆ, ਸਾਡਾ ਘਰ ਖਾਲੀ ਗਿਆ। ਮੈਂ ਤੇ ਬਾਈ ਜੀ ਆ ਦਰਵਾਜ਼ੇ ਅੰਦਰ ਜਿੰਦਾ ਲੱਗਿਆ ਹੋਇਆ, ਅਤੇ ਸਾਥੋਂ ਪੁੱਛੋ ਵੀ ਕੀ ਦੁੱਖ ਹੁੰਦਾ। ਐਡੇ ਕੁ ਮਾਣ ਪੱਥਰ ਬਣੇ ਹੋਏ ਆ ਪਰ ਟੁੱਟਣਗੇ, ਟੁੱਟਦੇ ਆ। ਸਾਨੂੰ ਅਜੇ ਯਕੀਨ ਨਹੀਂ ਵੀ ਸਾਡਾ ਭਾਈ ਮਰ ਗਿਆ। ਯਾਰ ਕਿਹਦਾ ਮਾੜਾ ਕਰਤਾ ਸੀ ਇਹਨੇ? ਕਿੰਨੇ ਕੁ ਲੋਕਾਂ ਦੇ ਇਹਨੇ ਘਰ ਵਸਾਏ ਸੀ, ਕਿੰਨੇ ਕੁ ਲੋਕਾਂ ਦੀ ਇਹਨੇ ਤਰੱਕੀ ਕਰੀ ਸੀ, ਕਿੰਨੇ ਕੁ ਲੋਕ ਇਹਦੇ ਨਾਲ ਲੈ ਕੇ ਚੱਲੇ ਸੀ? ਯਾਰ ਤੁਸੀਂ ਦੱਸੋ ਵੀ ਕਿੰਨੇ ਕੁ ਲੋਕ ਘਰ ਲੈ ਕੇ ਚੱਲੇ ਸੀ ਇਹਦੇ? ਕਿੰਨੇ ਕੁ ਘਰਾਂ ਦੀ ਰੋਟੀ ਚੱਲੀ ਸੀ ਇਹਦੇ ਸਿਰ ਤੇ? ਸਾਥੋਂ ਪੁੱਛੋ ਬਾਈ ਜੀ, ਅਗਰ ਮਿਲਾਓ ਗੱਲਾਂ ਤੇ ਸਾਥੋਂ ਪੁੱਛੋ ਬਾਈ ਜੀ ਕੀ ਦੁੱਖ ਹੁੰਦਾ। ਪਰਮਾਤਮਾ ਕਦੇ ਕਿਸੇ ਤਰ੍ਹਾਂ ਪਾਵੇ, ਇਹ ਅਮਰ ਰੂਹ ਬੰਦਾ, ਇਹਨੇ ਗੀਤ ਵੀ ਕੱਢਿਆ ਸੀ ਜਨਾਜ਼ਾ, ਠੀਕ ਹੈ ਨਾ। ਚਲੋ ਵੀਰੋ ਕੁਛ ਨਹੀਂ ਕਹਿਣਾ ਚਾਹੁੰਦੇ, ਇਹ ਕਹਿਣਾ ਚਾਹੁੰਦੇ ਬਸ ਵੀ ਬੰਦੇ ਨੂੰ ਯਾਦ ਰੱਖਿਓ। ਅੱਜ ਇੱਕ ਮਾਨਸਾ ਦਾ ਕਿ ਨਹੀਂ ਪੰਜਾਬ ਦਾ ਸੂਰਜ ਛਿਪਿਆ ਗਾ, ਅਤੇ ਜਿਹੜਾ ਛਿਪ ਗਿਆ ਇਹ ਮੁੜ ਕੇ ਚੜ੍ਹਦਾ ਨਹੀਂ। ਇਹਨੇ ਲੱਚਰਤ ਵਾਲੇ ਗੀਤ ਨਹੀਂ ਗਾਏ ਸੀ,
ਅਣਖ ਵਾਲੇ ਗੀਤ ਗਾਏ ਸੀ।